ਮੇਰੇ ਬੱਚੇ ਇੱਧਰ ਕੋਲ ਆ, ਉਹ ਵੀ ਨਿੱਕੇ ਨਿੱਕੇ ਮੇਰੇ ਬੱਚੇ ਨੇ, ਅਤੇ ਮੇਰੇ ਆ ਬੱਚਿਆਂ ਨੂੰ ਆਹ ਵੇਖੋ ਮੇਰੇ ਬੱਚੇ, ਆਹ ਇੱਧਰ ਆ ਵੀ ਇੱਧਰ ਖਲੋਵੋ ਆਣ ਕੇ, ਆ ਇੱਧਰ ਇੱਕ ਦੋ ਮੇਰੇ ਬੱਚੇ ਛੋਟੇ ਬਾਹਰ ਵੀ ਗਏ ਨੇ, ਇੱਧਰ ਆ ਆਸਫ, ਅਤੇ ਮੇਰੇ ਪੰਜ ਬੱਚੇ ਨੇ, ਇਹ ਮੇਰਾ ਜਿਹੜਾ ਬੱਚਾ ਹੁਣ ਕਤਲ ਹੋਇਆ ਸੀ ਇਹ ਉਦੋਂ ਹੈਗਾ ਸੀ 5 ਸਾਲਾਂ ਦਾ, ਹੁਣ ਮੇਰਾ ਬੱਚਾ ਉਹ 16 ਸਾਲਾਂ 16ਵੇਂ ਸਾਲ 'ਚ ਜਾਂਦਾ ਪਿਆ ਸੀ, ਅਤੇ ਬੜਾ ਸਾਡੇ ਨਾਲ ਜ਼ੁਲਮ ਹੋਇਆ, ਬੜੀ ਜਿਆਸਤੀ ਹੋਈ ਹੈ, ਉਹਨਾਂ ਫਿਰ ਮੇਰੇ ਮੀਏ ਨੂੰ ਫੈਰ ਮਾਰਿਆ, ਉਹ 8-10 ਸਾਲ ਹੋ ਗਏ ਨੇ ਅਸੀਂ ਮੰਜੀ ਦੇ, ਉਹਨੂੰ ਹੁਣ ਵੀ ਜਾ ਕੇ ਚੱਲ ਕੇ ਆਏ ਜੇ ਤੁਸੀਂ ਵੇਖ ਲਵੋ, ਮੰਜੀ ਦੇ ਉੱਤੇ ਪੈ ਗਿਆ, ਬੜੇ ਬੜੇ ਅਸੀਂ ਇਲਾਜ ਕਰਵਾਏ ਨੇ, ਬੜੀਆਂ ਬੜੀਆਂ ਅਸੀਂ ਦਵਾਵਾਂ ਲਈਆਂ ਨੇ, ਉਹ ਚੱਲ ਫਿਰ ਨਹੀਂ ਸਕਿਆ, ਮੇਰੇ ਨਿੱਕੇ ਨਿੱਕੇ ਬੱਚੇ ਨੇ, ਕੀ ਉਹਨਾਂ ਦਾ ਇਹ ਜਿਹੜੇ ਹੁਣ ਸਾਡੇ 5 ਕਤਲ ਹੋ ਗਏ ਨੇ, ਇਹੋ ਹੀ ਰੋਜ਼ੀ ਦਾ ਆਸਰਾ ਸੀ ਸਾਡਾ, ਇਹ 5 ਕਮਾਉਂਦੇ। ਇਨ ਲੋਕੋ ਨੇ ਹਮਾਰੇ ਸਾਥ ਬਹੁਤ ਜ਼ਿਆਦਾ ਜ਼ੁਲਮ ਕੀਆ, ਦੋ ਮੇਰੇ ਭਾਈਓ ਔਰ ਦੋ ਭਤੀਜੋ ਕੋ ਇੱਕ ਕਜ਼ਨ ਕੋ ਕਤਲ ਕਰ ਦਿਆ, ਉਨਕੇ ਛੋਟੇ ਛੋਟੇ ਬੱਚੇ, ਉਨਕਾ ਗੁਜ਼ਾਰਾ ਬਹੁਤ ਮੁਸ਼ਕਿਲ ਸੇ ਹੋ ਰਹਾ ਹੈ, ਇੱਕ ਮੇਰੇ ਪਹਿਲੇ ਭਾਈ ਥਾ, ਉਸਕੀ ਰੀੜ ਕੀ ਹੱਡੀ ਮੇ ਗੋਲੀ ਲਗੀ, ਵੋ ਵੀ 4 ਪਹੀ ਪਰ ਹੈ 8-9 ਸਾਲ ਸੇ। ਮੇਰੇ ਨਾਂ ਸ਼ਬੀਰ ਸੀ, ਕਣਕ ਤੋਂ ਲੜਾਈ ਹੋਈ ਸੀ, ਸਾਡੇ ਬੰਦੇ ਨੇ ਛੁਡਾਇਆ ਸੀ, ਮੈਂ ਫਿਰ ਇੱਥੋਂ ਛੁਡਾਉਣ ਲੱਗਾ, ਅਤੇ ਉਹ ਹੱਥੋਂ ਆਪਾਂ ਹੀ ਇਹੀ ਹੋ ਗਿਆ, ਸਾਡੀ ਫਿਰ ਸੁਲਾਹ ਹੋ ਗਈ, ਸੁਲਾਹ ਹੋ ਗਈ ਅਤੇ ਪੌਂ ਕੇ ਅਸੀਂ ਉੱਧਰੋਂ ਦੀ ਸੁਲਾਹ ਹੋ ਗਈ, ਫਿਰ 8 ਸਾਲਾਂ ਪਿੱਛੋਂ, ਫਿਰ 15 ਸਾਲਾਂ ਪਿੱਛੋਂ ਉਹਨਾਂ ਫਿਰ ਮੈਨੂੰ, ਮੈਂ ਲਗਾ ਜਾਣ ਡਿਆ ਹਵੇਲੀ 'ਚੋਂ ਘਰ ਜਾਣ ਡਿਆ, ਫਿਰ ਉਹਨਾਂ ਮੈਨੂੰ ਫਾਇਰ ਮਾਰ ਦਿੱਤੇ, ਇੱਕ ਮੈਨੂੰ ਲੱਤਾਂ 'ਚ 5-4 ਵੱਜੇ, ਕਿ ਮੇਰੀ ਇੱਥੇ ਕਾਂਡ 'ਚ ਲਵਾਜੇ, ਉਹਨਾਂ ਮੈਂ ਮੰਜੀ ਦੇ ਪਿਆ। मोदी पार्टी का कहना है कि उन्हें इंसाफ न मिला तो वो खुद इंसाफ लेंगे जैसे अभी लिया। ये सानू इंसाफ लेके दियो, गवर्नमेंट नु असा ता समझना वे, हां गवर्नमेंट नु नकार कर देना जे सानू इंसाफ ना लब्बा ते असी सानू हुन फेर मारन नु फेरदे ने, साडे बच्चियां नु घरों बाहर नहीं निकल देंदे, साडे साका सैना नु मारन चढ़दे ने। हां हमारे सारे पुलिस कोई नहीं तावन कर रही, तकरीबन 15 दिन हो चुके हैं, कोई उन्होंने 2-3 वो लड़के पेश करवाए छोटे छोटे, जो बड़े हों में धमकी लगा रहे हैं, हम आपको फिर ऐसे करेंगे, हम आपको फिर मार देंगे, ये गांव के अंदर ही हैं, वो बाहर नहीं है। ਉਹਨਾਂ ਸਾਡੇ 2 ਮਾਰੇ ਸਨ, ਅਸੀਂ 2 ਉਹਨਾਂ ਦੇ ਮਾਰੇ ਸਨ, ਕੰਮ ਬਰਾਬਰ ਹੋ ਗਿਆ ਸੀ, ਉਹਨਾਂ ਨੇ ਆਹ ਸਾਡੇ ਜਿਹੜੇ 5 ਨੇ ਵੱਧ ਮਾਰ ਦਿੱਤੇ ਨੇ, ਬੇਗਨਾਹ ਬੱਚੇ ਮੇਰੇ ਮਾਰ ਦਿੱਤੇ ਨੇ, ਮੇਰੇ ਪੁੱਤਰ ਨੇ 11ਵੀਂ ਦਾ ਦਾਖਲਾ ਲਿਆ, ਅਤੇ ਸਾਡਾ ਉਹਨਾਂ ਧੂੰਆਂ ਪਾ ਕੇ ਰੱਖ ਦਿੱਤਾ, ਸਾਡੀ ਸ਼ੈ ਕੋਈ ਨਹੀਂ ਰਹੀ। ਮਗਰੋਂ ਫਿਰ ਧਮਕੀਆਂ ਲਾਉਣ ਲੱਗ ਪਏ, ਹੁਣ ਤੈਨੂੰ ਫਿਰ ਮਾਰਨਾ, ਤੈਨੂੰ ਫਿਰ ਮਾਰ, ਤੀਜੀ ਵਾਰ 'ਤੇ ਪੈ ਗਏ, ਆਹ 'ਚ ਉਹਨਾਂ ਦਾ ਉਦੋਂ ਬੰਦਾ ਹੀ ਕੋਈ ਨਹੀਂ ਮਾਰਿਆ, ਨਾ ਫਿਆਜ਼ ਫਿਆਜ਼ ਤੋਂ ਲੈ ਕੇ ਅਤੇ ਸ਼ਬੀਰ ਤੋਂ ਲੈ ਕੇ, ਆਹ ਕੋਈ ਉਹਨਾਂ ਨੂੰ ਨਹੀਂ ਛੇੜਿਆ, ਉਹਨਾਂ ਨੂੰ ਅਸਾਂ ਆਖਿਆ ਕੋਈ ਮਾੜੇ ਸਾ ਉਹਨਾਂ ਨਾਲੋਂ, ਉਹਨਾਂ ਆਖਿਆ ਅਸੀਂ ਯਾਰ ਰਹਿਣ ਦਿਓ, ਤਾਂ ਅਸੀਂ ਮਾਰ ਡੰਗਰ ਵਾਲੇ ਬੰਦੇ ਹਾਂ, ਉਹਨਾਂ ਨੇ ਸਾਡੀ ਨਹੀਂ ਸੁਣੀ, ਫਿਰ ਆਉਂਦੇ ਹਨ ਤੁਹਾਨੂੰ 2 ਮੁੰਡਿਆਂ ਨੂੰ ਆਉਂਦੇ ਹਨ, ਤੁਹਾਨੂੰ ਆਹ ਮਾਰਨਾ, ਅਤੇ ਤੁਸੀਂ 5 ਮਹੀਨੇ ਲੱਭਣਾ ਨਹੀਂ ਹੈਗਾ, ਤੁਹਾਨੂੰ ਮਾਰ ਕਾਹਨੂੰ ਨਾ ਤੁਸੀਂ ਲੱਭੋ, ਉਹ ਮੁੰਡੇ ਡਰ ਗਏ, ਤੇਰੇ ਜਿਹੜੇ ਮੁੰਡੇ ਹਨ ਉਹ ਡਰ ਗਏ ਵੀ ਇਹਨਾਂ ਸਾਨੂੰ ਮਾਰ ਦੇਣਾ, ਅਤੇ ਉਹ ਮੁੰਡੇ ਵਾਹਵਾ ਹਨ ਜਿਹੜੇ, ਉਹ ਡਰਦਿਆਂ ਹੀ ਉਹਨਾਂ ਸਾਨੂੰ ਪੁੱਛਿਆ ਹੀ ਨਹੀਂ, ਉਹਨਾਂ ਨੇ ਜਾ ਕੇ ਉੱਥੇ ਉਹਨਾਂ ਨੂੰ ਮਾਰ ਦਿੱਤਾ, ਸਾਡੇ ਅੱਗੇ ਮਰੇ ਹਨ 2, ਅਤੇ 2 ਤੋਂ ਬਾਅਦ ਫਿਰ ਉਹਨਾਂ ਨੂੰ ਮਾਰ ਦਿੱਤਾ, ਅਤੇ ਫਿਰ ਵਾਰੋ ਸਾਹਿਬ ਵੀ ਤਾਂ ਹੋ ਗਿਆ, 2 ਉਹਨਾਂ ਨੇ ਮਰ ਗਏ, 2 ਸਾਡੇ ਮਰ ਗਏ, ਅਤੇ ਹੁਣ ਉਹਨਾਂ ਬਹਿ ਕੇ ਫਿਰ ਉਹਨਾਂ ਸਾਡੇ 5 ਬੰਦੇ ਮਾਰ ਦਿੱਤੇ। उनके छोटे छोटे बेटे, उनका गुजारा करना, 4-5 अफराज जिस घर से चले गए वही कमाने वाले थे, वो खेतों में जा रहे थे ट्राली लेकर चारा काटने के लिए, वो जवार में बैठकर उन्होंने सबको कत्ल कर दिया। ਆਹ ਵੇਖੋ ਮੇਰੇ ਨਿੱਕੇ ਨਿੱਕੇ ਬੱਚੇ ਨੇ, ਉਹ ਜਿਹੜੇ ਸਾਨੂੰ ਕਮਾ ਕੇ ਦੇਣ ਵਾਲੇ ਸਨ ਵੀਰ ਮੇਰੇ, ਅਸੀਂ ਝੂਠ ਨਹੀਂ ਮਾਰਦੇ ਇੱਕ ਜਰੀ ਗੱਲ ਦਾ ਵੀ, ਅਤੇ ਸਾਡੇ ਆ ਬੱਚਿਆਂ ਨੂੰ ਜਿਹੜੇ ਬਾਬੇ ਚਾਚੇ ਕਮਾ ਕੇ ਦੇਣ ਵਾਲੇ ਸਨ, ਉਹਨਾਂ ਸਾਡੇ ਹੁਣ ਉਹ ਵੀ ਮਾਰ ਦਿੱਤੇ ਨੇ। 3 ਮੇਰੇ ਬੱਚੇ ਨੇ, ਬਾਈ ਉਹਦਾ ਮਾਂ ਬਾਪ ਵੀ ਨਹੀਂ ਹੈ, ਸਾਡਾ ਉਹ ਹੀ ਸਹਾਰਾ, ਹੁਣ ਮੇਰੇ ਬੱਚਿਆਂ ਦਾ ਕੋਈ ਸਹਾਰਾ ਨਹੀਂ, ਉਹਦੀਆਂ 3 ਭੈਣਾਂ ਵੀ ਜਵਾਨਾਂ, ਉਹਨਾਂ ਦਾ ਵੀ ਉਹ ਹੀ ਸਹਾਰਾ ਸੀ, ਸ਼ਾਦੀਆਂ ਕਰਨੀਆਂ ਸੀ ਉਹਨੇ। ਇਹ ਤਾਂ ਭਲਾ ਮਨਸ ਹੈਗੇ ਨੇ, ਪੱਠੇ ਲੈ ਆਉਂਦੇ ਅਤੇ ਪਾ ਲਏ, ਇਹਨੂੰ ਮੇਰੇ ਮੀਆਂ ਨੂੰ ਤਾਂ ਪੈਰਾਗੋਨ 'ਚ ਜਾਣ ਦਾ ਨਹੀਂ ਪਤਾ ਹੈਗਾ ਕਿ ਆ ਸੜਕ ਕੇ ਨੂੰ ਜਾਣਦੀ ਜਾਂ ਕੇ ਨੂੰ ਨਹੀਂ ਜਾਣਦੀ, ਇਹ ਤਾਂ ਭਲਾ ਮਨਸ ਆਦਮੀ ਹੈਗੇ ਸਨ, ਨਾ ਕੋਈ ਕਿਸੇ ਨਾਲ ਬਹਿਣਾ ਨਾ ਖਲੋਣਾ, ਅੱਜ ਤੋੜੀ ਕਦੀ ਬਾਜ਼ਾਰ ਨਹੀਂ ਸਨ ਗਏ ਹੈਗੇ, ਉਹਨਾਂ ਨੂੰ ਜਾਇਜ਼ ਮਾਰੇ, ਸਾਨੂੰ ਹੱਕ ਮਿਲਣਾ ਚਾਹੀਦਾ, ਕੋਈ ਹੱਕ ਨਹੀਂ ਮਿਲ ਰਿਹਾ। ਸਾਡੇ ਜਨਾਜ਼ੇ ਦੇ ਵਿੱਚ ਫਾਇਰਾਂ ਕੀਤੀ ਨੇ, ਸਾਡੇ ਮੰਜੀਆਂ ਬੰਦਿਆਂ ਦੀਆਂ ਛੱਡ ਕੇ ਕੁਰਬਾਨ ਦੀ ਰਸ਼ੀਦ ਦੀ,
ਮੰਜੀ ਛੱਡ ਕੇ ਲੋਕ ਤਨਵੀਰ ਦੀ ਬਸ਼ੀਰ ਦੀ ਅਬਦੁਲ ਕਾਦਰ ਦੀ ਮੰਜੀ ਛੱਡ ਕੇ ਲੋਕ ਭੱਜ ਗਏ ਲੋਕਾਂ ਸਾਕਾਂ ਨੇ ਭੱਜ ਗਏ ਉਹਨਾਂ ਆਪਣੇ ਸਾਕਾਂ ਘਰ ਜਾ ਕੇ ਫੈਰਾਂ ਕੀਤੀ ਕਬਰਸਤਾਨ 'ਚ ਜਨਾਜ਼ੇ ਵਾਲੇ ਦਿਨ ਫਾਇਰਿੰਗ ਆਪ ਖੁਦ ਕੀਤੀ ਹੈ ਅਤੇ ਕਹਿਤਾ ਜੀ ਉਹ ਪੈ ਗਏ ਨੇ ਮੀਡੀਆ ਨੇ ਸਾਰਾ ਕੁਝ ਲਾਈਵ ਵਿਖਾਇਆ ਜਿਹੜੇ ਜਿਹੜੇ ਬੰਦੇ ਨੇ ਫਾਇਰਿੰਗ ਕਰਦੇ ਬਾਅਦ 'ਚੋਂ ਐਸ ਪੀ ਸਾਹਿਬ ਨੇ ਬਿਆਨ ਦਿੱਤੇ ਨੇ ਕਿ ਜਨਾਬ ਇਹ ਮਕਤੂਲ ਲੈਣ ਦੇ ਵਾਰਸਾਂ ਨੇ ਕੀਤੇ ਨੇ ਉਹਨਾਂ ਨੇ ਕੀਤੇ ਉਹ ਫਿਰ ਵੀ ਪੁਲਿਸ ਨੇ ਨਾਮ ਲੂਮ ਐਫ ਆਈ ਆਰ ਕੱਟੀ ਬੰਦੇ ਨਾਮਜ਼ਦ ਨਹੀਂ ਕੀਤੇ ਪੰਜਾਂ ਪੰਦਰਾਂ ਵਾਲੇ ਤੋਂ ਵੱਡੇ ਵਾਲੇ ਜਦੋਂ ਲੋਹ ਲੱਗਦੀ ਬਾਂਹ ਵੇਲੇ ਨਵਾਜ਼ ਦੇ ਟਾਈਮ 'ਤੇ ਉਦੋਂ ਕਹਿ ਨੇ ਟਰਾਲੀ ਲੈ ਕੇ ਪੱਠੇ ਲੈ ਆਪਣੀਆਂ ਜ਼ਮੀਨਾਂ 'ਚ ਅਤੇ ਅੱਗੇ ਪੱਠੇ ਅੱਜ ਕੱਲ੍ਹ ਵੱਡੇ ਵੱਡੇ ਹੁੰਦੇ ਨੇ ਚਿੜੀਆਂ ਚਿੜੀਆਂ ਉਹਨਾਂ ਦੇ ਵਿੱਚ ਲੁਕੇ ਹਨ ਸਾਡੀ ਪੈਲੀ ਦੇ ਵਿੱਚ ਅਤੇ ਉੱਥੋਂ ਟਰਾਲੀ ਪਾਇਆ ਸੀ ਉੱਥੋਂ ਅੱਜ ਮੁੜਨ ਲੱਗੀ ਅਤੇ ਉਹਨਾਂ ਨੇ ਉੱਥੇ ਸਾਨੂੰ ਤਾਂ ਪਤਾ ਹੀ ਨਹੀਂ ਨਾਲੇ ਸਾਲ ਦੇ ਪੱਠੇ ਲਿਆਉਂਦੇ ਹਨ ਸਾਨੂੰ ਕੀ ਪਤਾ ਸੀ ਲੁਕੇ ਅਸੀਂ ਆਉਂਦੇ ਲੋਕ ਆਉਂਦੇ ਨੇ ਇਹਨਾਂ ਨੂੰ ਨਾ ਕਾਹਦੇ ਲਈ ਮਾਰਨਾ ਮਰਾਂਗ ਬੰਦੇ ਉਹਨਾਂ ਨੇ ਉਹਨਾਂ ਨਹੀਂ ਤਾਂ ਅਸੀਂ ਉਹਨਾਂ ਨੂੰ ਵੀ ਨਾ ਕਿ ਨਹੀਂ ਬੰਦੇ ਕਰਦੇ ਬਾਹਰ ਜਿਹੜੇ ਸਾਡੇ ਬੰਦੇ ਕਰਦੇ ਅਸੀਂ ਯਾਰ ਇਹ ਪੱਠਾ ਦੱਥਾ ਪਾਉਂਦੇ ਨੇ ਇਹਨਾਂ ਨੂੰ ਕੀ ਕੀਆ ਉਹਨਾਂ ਨੇ ਸਾਨੂੰ ਉਹਨਾਂ ਦਾ ਚਿੱਤ ਚੇਤਾ ਵੀ ਉਹ ਅੱਗੇ ਬੈਠੇ ਨੇ ਅਜੇ ਟਾਲੀ ਮੁੜੀ ਅਸੀਂ ਅਤੇ ਉਹ ਅੱਗੇ ਤਿਆਰ ਸਨ ਹਥਿਆਰ ਲੈ ਕੇ 10-12 ਬੰਦੇ ਸਨ ਉਹਨਾਂ ਬੈਠਿਆ ਨੇ ਉੱਠੇ ਨੇ ਅਤੇ ਅੱਗੇ ਟਰੈਕਟਰ ਵੀ ਕੋਲ ਆ ਗਿਆ ਇੰਨੀ ਵਿੱਥ ਨਹੀਂ ਰਹੀ ਉਹਦਾ ਬ੍ਰਸ਼ਟ ਮਾਰ ਦਿੱਤਾ ਉਹ ਕਿਸੇ ਦੀ ਅੱਖ ਨਿਕਲ ਗਈ ਕਿਸੇ ਦੇ ਕੁਝ ਨਿਕਲ ਗਿਆ ਸਾਰਾ ਮੂੰਹ ਖਰਾਬ ਫਿਰ ਮੋਇਆਂ ਨੂੰ ਹੀ ਮਾਰਦੇ ਰਹੇ ਉਹਨਾਂ ਨੂੰ ਕਿਸੇ ਨੂੰ 70 ਗੋਲੀਆਂ ਕਿਸੇ ਨੂੰ 80 ਗੋਲੀਆਂ ਉਹਨਾਂ ਫਿਰ ਉੱਤੇ ਫਿਰ ਮਾਰੀ ਗਏ ਨੇ ਮਰਿਆਂ ਨੂੰ ਮਾਰੇ ਪੁਲਿਸ ਨੇ ਸਾਡਾ ਵੀ ਚੌਂ ਪਿਓ ਪੁੱਤਰਾਂ ਦਾ ਪਰਚਾ ਦਿੱਤਾ ਜਦੋਂ ਜੋ ਮੈਂ ਬੇਗਨਾ ਹੋ ਗਿਆ ਮੈਂ ਹੈਗਾ ਹੀ ਨਹੀਂ ਤਾਂ ਉੱਥੇ ਮੈਂ ਮੌਕੇ 'ਤੇ ਹੈਗਾ ਵੀ ਨਹੀਂ ਹਾਂ ਉਹ ਮੈਂ ਬੇਗਨਾ ਹੋ ਗਿਆ ਇਹ ਉਦੋਂ ਵੀ ਜਦੋਂ ਮੁੰਡੇ ਨੂੰ ਗੋਲੀਆਂ ਨਾ ਉਦੋਂ ਵੀ ਸਾਡੇ ਦੋਵਾਂ ਭਰਾਵਾਂ ਦਾ ਪਰਚਾ ਦਿੱਤਾ ਅਸੀਂ ਸਾਨੂੰ ਅਮਾਨੀ ਕਰਾਉਣੀ ਨਹੀਂ ਪਤਾ ਮੁੰਡੇ ਬਾਹਰ ਲੜੇ ਨੇ ਨਹੀਂ ਲੜੇ ਅਸੀਂ ਉਦੋਂ ਵੀ ਬੇਗਨਾ ਹੋ ਗਏ ਮੈਂ ਸਾਨੂੰ ਪਤਾ ਹੀ ਨਹੀਂ ਅਸੀਂ ਐਸ ਪੀ ਸਾਹਿਬ ਨੂੰ ਆਖਿਆ ਸਾਨੂੰ ਨਹੀਂ ਪਤਾ ਚਾਰ ਬੰਦਿਆਂ ਦਾ ਬੇਗਨਾ ਪਰਚਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਚੱਲਦੀ ਰਹੀ ਨਾ ਉਹ ਬੰਦੇ ਦਾ ਵੀ 5 ਸਾਲ ਅਸੀਂ ਪੁੱਤਿਆ ਸੁਲਾ ਦਾ ਤਰਲਾ ਹੀ ਲਈ ਗਿਆ ਉਸ ਤੋਂ ਬਾਅਦ ਮੁੰਡੇ ਵੀ ਮਰ ਗਿਆ ਬੀਵੀ ਵੀ ਜ਼ਖਮੀ ਹੋ ਗਈ ਭਤੀਜੇ ਨੂੰ ਵੀ ਗੋਲੀਆਂ ਵੱਜ ਗਈਆਂ ਇੱਕ ਬੰਦਾ ਹਸਤਿਆਰੀ ਵੀ ਹੈ ਅਜੇ ਹਸਤਿਆਰੀ ਨਸ਼ਾ ਫਰੋਗਤ ਕਰਦੇ ਸ਼ੁਰੂ ਤੋਂ ਸਾਰੇ ਸ਼ੁਰੂ ਤੋਂ ਗਲਤ ਕੰਮ ਕਰਦੇ ਨੇ ਮੁੱਢੋ ਲਾਹੀਏ ਸਰ ਕੋਈ ਕੰਮ ਨਹੀਂ ਕਰਦੇ ਸਾਡੇ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਸੀ ਇਹਨਾਂ ਨੂੰ ਨਜਾਇਜ਼ ਉਹਨਾਂ ਨੂੰ ਸਰ ਮਾਰਤਾ ਉਹਨਾਂ ਨੂੰ ਸਰ ਹਥਿਆਰ ਚਲਾਉਣ ਦਾ ਵੀ ਨਹੀਂ ਪਤਾ ਹੈਗਾ 5 ਬੰਦੇ ਸਰ ਸਾਡੇ ਸਰੀਰ ਮਾਰਤੇ ਨੇ ਭੁਲੇਖੇ ਦੇ ਵਿੱਚ ਅਸੀਂ ਮਰਵਾ ਬੈਠੇ ਸਾਡਾ ਕੋਈ ਸਹਾਰਾ ਹੀ ਨਹੀਂ ਰਿਹਾ ਜੇ ਸੱਚੀ ਪੁੱਛੇ ਵੀਰ ਮੇਰਿਆ ਸਾਡੇ ਦੇ ਪਿੰਡ ਦੇ ਵਿੱਚੋਂ ਲੋਕਾਂ ਨੇ ਸਾਕਾਂ ਸਹਿਣਾ ਨੇ ਸਾਡਾ 10ਵੇਂ ਤੱਕ ਰੋਟੀ ਪਾਣੀ ਲੋਕਾਂ ਖਦਾ ਖੌਫੀ ਕਰਕੇ ਸਾਨੂੰ ਸਾਡੇ ਮਹਿਮਾਨ ਪ੍ਰਾਹੁਣੇ ਸਾਡੇ ਲੋਕਾਂ ਨੇ ਸਾਂਭੇ ਨੇ ਅਤੇ ਵੀਰ ਮੇਰਿਆ ਸਾਡਾ ਕੋਈ ਆਸਰਾ ਹੀ ਨਹੀਂ ਹੈਗਾ ਅਤੇ ਨਿੱਕੇ ਨਿੱਕੇ ਸਾਡੇ ਬੱਚੇ ਨੇ ਅਤੇ ਜਿਹੜੇ ਸਾਨੂੰ ਕਮਾ ਕੇ ਦੇਣ ਵਾਲੇ ਸਨ ਸਾਡੇ ਉਹ ਵੀ ਮਾਰ ਦਿੱਤੇ ਨੇ ਉਹਨਾਂ ਨੇ ਕੀਤੀ ਪੁਲਿਸ ਆਉਣਾ ਸ਼ੁਰੂ ਹੋ ਗਈ ਸਾਰੀ ਉਹ ਆਉਂਦੇ 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 ਸਾਰੇ ਆ ਗਏ ਆਹ ਵੱਡੇ ਅਫਸਰ ਵੀ ਆ ਗਏ ਬੰਦੇ 5 ਮਰ ਗਏ ਉਹ 5 ਹੀ ਇੱਕ 14 ਸਾਲ ਦਾ ਸੀ ਮੇਰਾ ਪੋਤਰਾ ਇੱਕ 16 ਸਾਲ ਦਾ ਉਹਨੇ 10 ਪਾਸ ਕੀਤੀਆਂ ਹਨ ਅਤੇ ਕਾਲਜ ਜਿੱਤ ਜਾ ਕੇ ਜਿੱਦਣ ਦਿਨੇ ਮਰਦਾ ਉਹ ਜਦੋਂ ਰਾਤੀ ਉੱਥੇ ਦਾਖਲਾ ਦੇ ਕੇ ਆਇਆ ਉਹ ਪੱਠੇ ਨਹੀਂ ਵੜਦਾ ਉਹਨਾਂ ਦੇ ਧਿਆਨ ਤੋਂ ਰੱਖਦਾ ਨਹੀਂ ਕਿ ਯਾਰ ਕਿਤੇ ਆ ਨਾ ਜਾਣ ਉਹ ਮੁੰਡਾ ਪੱਠੇ ਨਹੀਂ ਪਾੜੂ ਮੁੰਡਾ ਸੀ ਉਹਨੇ ਕੀ ਪੱਠੇ ਵੜਨੇ ਅਸੀਂ ਇੱਥੋਂ ਗੋਲੀ ਚੱਲੀ ਮੈਂ ਉੱਥੇ ਸੁੱਤਾ ਅਤੇ ਮੈਨੂੰ ਜਾਗ ਆਈ ਖਤਰਾ ਡਰ ਤਾਂ ਹੁੰਦਾ ਇਹਨਾਂ ਨੇ ਗੋਲੀ ਭੱਜੇ ਜੂ ਫਿਰਦੇ ਉਹਨਾਂ ਦਾ ਉਂਝ ਹੀ ਨਹੀਂ ਖਿਆਲ ਕੀਤਾ ਅਤੇ ਮੈਂ ਉੱਠਿਆ ਮੈਂ ਫਿਰ ਚਲੇ ਗਿਆ ਨਾ ਮੈਂ ਆਪ ਜਾਊ ਸਾ ਉਹਨਾਂ ਦਾ ਉਂਝ ਹੀ ਮੈਂ ਪੈਲੀਆਂ ਨੂੰ ਫੇਰਾ ਪੂਰਾ ਮਾਰ ਗਿਆ 2 ਦਿਨ ਹੋ ਗਏ ਮੈਨੂੰ ਤਿਆਰ ਹੋ ਗਿਆ ਮਗਰ ਬਾਅਦ 'ਚ ਜਾਇਆ ਨਹੀਂ ਮੈਂ ਨਹੀਂ ਤਾਂ ਟਰਾਲੀ 'ਤੇ ਮੈਂ ਵੀ ਪੈ ਜਾਣਾ ਸਾਡਾ ਨਿਆ ਹੋਣਾ ਚਾਹੀਦਾ ਅਸੀਂ ਇਹ ਰੋਜ਼ ਅਪੀਲ ਕਰਦੇ ਹਾਂ ਰੋਜ਼ ਆਉਂਦੇ ਹਾਂ ਰੋਜ਼ ਅਸੀਂ ਗੱਲਾਂ ਕਰਦੇ ਹਾਂ ਸਾਡੀਆਂ ਅਜੇ ਗੱਲ ਤੱਕ ਗਵਰਨਮੈਂਟ ਸੁਣਦੀ ਨਹੀਂ ਪਈ
ਆ ਕੇ ਨਾ ਗੌਰਮੈਂਟ ਤਾਂ ਸਾਡੇ ਨਾਲ ਨਿਆਂ ਕਰੇ, ਇਨਸਾਫ਼ ਕਰੇ। ਪਹਿਲੇ ਦਿਨੋਂ ਕਰਦੀ, ਸਾਡੇ ਪੰਜ ਨਾ ਜਾਂਦੇ, ਪੰਜ ਸਾਡੇ ਗੌਰਮੈਂਟ ਨੇ ਬੰਦੇ ਮਰਵਾਏ ਨੇ, ਹੁਣ ਵੀ ਸਾਡੇ ਗੌਰਮੈਂਟ ਨੇ ਮਰਵਾਉਣੇ ਨੇ। ਉਹ ਲੱਗੇ ਫਿਰਦੇ ਨੇ ਇੱਥੇ ਸਾਕਾਂ ਸੈਣਾਂ ਦੇ ਘਰ, ਆਉਂਦੇ ਨੇ ਫਰੀਚਦੇ ਨਹੀਂ, ਫਰੀਚਦੇ ਨਹੀਂ, ਫਰੀਚਦੇ ਕਿਉਂ ਨਹੀਂ? ਗੌਰਮੈਂਟ ਤੋਂ ਨਾ ਫਰੀਚਣ, ਇਹ ਇਨਸਾਫ਼ ਸਾਨੂੰ ਦੇਵੋ, ਅਸੀਂ ਇਨਸਾਫ਼ ਮੰਗਦੇ। ਅਸੀਂ ਸਾਰੇ ਘਰ ਸਨ, ਅਸੀਂ ਆਉਂਦੇ, ਸਾਨੂੰ ਇਨਸਾਫ਼ ਲੈ ਕੇ ਦੇਵੋ। ਇਹਨਾਂ ਦੇ ਐਫ ਆਈ ਆਰ ਤਾਂ ਕਾਫ਼ੀ ਨੇ, ਹਾਂਜੀ, ਇਹਨਾਂ ਦੇ ਕਬਜ਼ੇ ਦੇ ਜਗ੍ਹਾ 'ਤੇ। ਫਿਰ ਉਸ ਤੋਂ ਇਲਾਵਾ 302 'ਚ ਇਸ਼ਤਿਹਾਰੀ ਵੀ ਨੇ। ਆਹੋ, ਉਹ ਹੀ ਨੇ ਨਾ, 302 ਇਸ਼ਤਿਹਾਰੀ ਸਾਡੇ ਮੁੰਡਿਆਂ 'ਚ ਕਬਜ਼ਿਆਂ ਦੇ। ਇਹ 2017 ਤੋਂ ਮਾਮਲਾ ਸਟਾਰਟ ਹੋਇਆ, ਚੋਰ ਚੱਕੇ ਨੇ, ਇਹ ਵੀ ਨਹੀਂ, ਚੋਰ ਨੇ। ਅੱਛਾ, ਪਾਊਡਰ ਵੇ ਚੋਰ, ਹਰ ਪਰਚੇ ਪਾਊਡਰ ਦੇ ਵੀ ਬੜੇ ਨੇ। ਅਬ ਕੀ ਮੁਲਜ਼ਮ ਪਾਰਟੀ ਇਹ ਹਰਗਿਜ਼ ਨਹੀਂ ਮਾਨਤੀ ਕਿ ਉਨ੍ਹੋਂਨੇ ਪਾਂਚ ਲੋਗੋਂ ਕੋ ਕਤਲ ਕੀਆ। ਆਖਿਰ ਕਤਲ ਕੌਣ ਕਰ ਗਿਆ? ਰਾਤ ਕੇ ਅੰਧੇਰੇ ਮੇਂ ਕੌਣ ਆਇਆ ਔਰ ਕਿਸਨੇ ਪਾਂਚ ਲੋਗੋਂ ਕਾ ਖੂਨ ਕਰ ਦਿਆ? ਮੈਂ ਤੇ ਘਰ ਸੁੱਤਾ, ਮੈਨੂੰ ਮੁੰਡਿਆ ਨਹੀਂ ਆਖਿਆ ਵੀ ਆਹ ਗੱਲ ਪੁੱਛੇ, ਮੁੰਡੇ ਗਏ ਨੇ, ਕੌਣ ਗਿਆ ਜਿਹਨੇ ਉੱਠਿਆ? ਸਾਡਾ ਘਰ ਭਰਿਆ ਸੀ ਸਾਰਾ, 5-7-12-13 ਘਰ ਨੇ ਸਾਡੇ, ਉਹਦਾ ਅਸੀਂ ਜੇ ਬੰਦੇ ਹੀ ਮੇਰੇ ਮੁੰਡਿਆਂ ਮਾਰਨੇ ਹਨ ਤਾਂ ਫਿਰ ਅਸੀਂ ਘਰੋਂ ਸਮਾਨ ਕੱਢਦੇ, ਮਾਲ ਡੰਗਰ ਕੱਢਦੇ, ਹਰ ਸ਼ਹਿ ਗੱਡੀਆਂ ਮੋਟਰਾਂ ਕੱਢਦੇ, ਹਰ ਸ਼ਹਿ ਉੱਥੇ ਖਲੋਤੀ। ਜਦੋਂ ਵੱਡੇ ਵਾਲੇ ਪਤਾ ਲੱਗਾ ਬੰਦੇ ਮਰ ਗਏ, ਬੰਦੇ ਮਰ ਗਏ, ਅਸੀਂ ਆਪਣੇ ਪੁਲਿਸ ਆਈ ਫੜੇ ਜਾਵਾਂਗੇ, ਇਹ ਨਾ ਪੈ ਜਾਣ ਸਾਨੂੰ। ਅਸੀਂ ਨਿਕਲ ਗਏ ਮਗਰੋਂ, ਨਾ ਘਰ ਬਰਬਾਦ ਕਰਤਾ ਮੇਰਾ। ਮੈਂ ਫੈਰਿੰਗ ਹੋਣ ਡਈ, ਫੈਰਿੰਗ ਹੋਣ ਡਈ, ਇੱਥੇ ਲਾਗੇ ਪੈਲੀ ਇੱਥੇ ਤੋਂ ਰੱਖਿਆ, ਅਤੇ ਮੈਂ ਫੈਰਿੰਗ ਸਾਡੀਆਂ ਪੈਲੀਆਂ ਨੂੰ ਮੈਂ ਵੇਖਿਆ, ਥੱਲੇ ਮਾਰੀ ਝਾਤੀ, ਮੈਂ ਕਿਰਪਾਨ ਨਹੀਂ ਚਲੇ ਗਏ ਨਾ, ਉਹ ਮੈਂ ਵੇਖਿਆ ਤਾਂ ਕੋਈ ਟਰਾਲੀ ਛਲਾਰੀ ਨਾ, ਉਹ ਆਪ ਉੱਥੇ ਚੁੱਪ ਕਰਕੇ ਚਲੇ ਗਏ। ਉਹ ਮੇਰੇ ਵੀ ਦਾਣੇ ਨਹੀਂ ਤਾਂ ਮੈਂ ਵੀ ਬਹਿ ਜਾਣਾ ਸੀ ਨਾਲ, ਮੈਂ ਫਿਰ 2 ਦਿਨਾਂ ਦਾ ਤਿਆਰ ਹੋਣ ਡਿਆ। ਉਹ ਦਿਨ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਟਰਾਲੀ ਨਿਕਲੀ, ਕਦੋਂ ਬੰਦੇ ਗਏ, ਕਿ ਫੈਰਿੰਗ 5-10 ਮਿੰਟਾਂ 'ਚ ਉੱਥੇ ਅੱਪੜ ਗਏ ਨੇ, ਉੱਥੇ ਫੈਰਿੰਗ ਹੋਣ ਲੱਗ ਪਈ। ਇੱਥੇ ਮੈਂ ਉੱਠਿਆ, ਵੇਖਿਆ, ਫੈਰਿੰਗ ਸੁਣੀ ਤਾਂ ਥੱਲੇ ਸਾਡਿਆ ਸਾਰੇ ਜੀ ਆਖਣ ਕਿਰਪਾਨ ਹੋਣੀ ਹੁਣ ਗਏ ਟਰਾਲੀ ਲੈ ਕੇ, ਕਿਰਪਾਨ ਹੋਣੀ ਹੁਣ ਗਏ ਟਰਾਲੀ। ਉਹ ਅਸੀਂ ਭੱਜ ਉੱਠੇ, ਮੇਰਾ ਬੇਟਾ ਇੱਕ ਉਹਨਾਂ ਦਾ ਛੋਟਾ ਪੁਲਿਸ 'ਚ ਮੁਲਾਜ਼ਮ, ਉਹਨੂੰ ਮੈਂ ਆਖਿਆ ਭੱਜ, ਮੈਂ ਫਿਰ ਉੱਥੇ ਚੁਗਲਪੁਰੇ ਉਹ ਪਿੰਡ 'ਚ ਗੋਲੀ ਚੱਲ ਪਈ। ਸਾਡੇ ਜਿਨ੍ਹਾਂ ਦੇ ਪਿਓ ਮਰੇ ਨੇ, ਜਿਨ੍ਹਾਂ ਦੇ ਭਰਾ ਮਰੇ ਨੇ, ਉਹਨਾਂ ਨੂੰ ਕਦੀ ਨਾ ਕਦੀ ਮਾਰਨਗੇ। ਹੁਣ ਸਾਨੂੰ ਅੱਜ ਗੌਰਮੈਂਟ ਇਨਸਾਫ਼ ਲੈ ਦੇਵੇ ਅਤੇ ਅਸੀਂ ਫਿਰ ਗੌਰਮੈਂਟ ਨੂੰ ਤਦ ਮੰਨਣਾ, ਅਸੀਂ ਨਹੀਂ ਤਾਂ ਗੌਰਮੈਂਟ ਦੇ ਬਲ ਖਿਲਾਫ਼ ਹੀ ਅੱਜ ਤੱਕ। ਸਾਨੂੰ ਚਫੇਰੇ ਸਾਡੇ ਜਿਹੜਾ ਡੰਗਰ ਮਾਲ ਉਹ ਮਰ ਚੱਲਿਆ ਹਵੇਲੀਆਂ 'ਚ, ਡਰਦੇ ਚਫੇਰੇ ਧਮਕੀਆਂ ਗੱਲਾਂ ਕਰਦੇ ਨੇ, 5 ਮੰਜੀਆਂ ਕੱਢੀਆਂ, 5 ਜਨਾਜ਼ੇ ਗਏ, ਇਹ ਕਿਹੜੇ ਘਰ ਦੇ ਵਿੱਚੋਂ ਜਾਣ ਦੇ ਪਾਵੇ? ਸਾਡੀ ਤਾਂ ਕੰਬੰਦੇ ਹੀ ਉਹ ਸਾਂ, ਹਵੇਲੀ ਹੁੰਝਦੇ, ਗੋਹੇ ਸੜਦੇ, ਪੈਲੀ ਸਰਕਾਰੀ 'ਚ ਪੱਠੇ ਵੜਦੇ, ਆਪਣੀ ਪੈਲੀ ਵੀ ਕੋਨੀ ਮਿਹਨਤਾਂ ਵਾਲੇ, ਇਹਦੇ ਜੀਆਂ ਨੂੰ ਟੁੱਕਰ ਕਮਾਉਂਦੇ ਸਾਂ, ਅਸੀਂ ਤਾਂ ਭੁੱਖੇ ਹੁਣ ਬੈਠੇ, ਅਸੀਂ ਕਿਹੜੇ ਪਾਸੇ ਨੂੰ ਜਾਈਏ? ਸਾਡੇ ਬੱਚੇ ਪੜ੍ਹਦੇ ਸਾਂ, ਪਿਓ ਕਮਾ ਕੇ ਲਿਆਉਂਦੇ ਸਾਂ, ਅਸੀਂ ਉਹਨਾਂ ਨੂੰ ਟੁੱਕਰ ਕਮਾ ਕੇ ਦੇ ਖਵਾਉਂਦੇ ਸਾਂ, ਅਸੀਂ ਹੁਣ ਬੈਠੇ ਹਾਂ ਲੋਕਾਂ ਦੇ ਮੂੰਹ ਆਸਾ ਕਸਾਣਾ ਵੱਲੇ ਵੇਹਨੇ ਹਾਂ। ਇਹ ਸਾਡਾ ਇਨਸਾਫ਼ ਹੋਣਾ ਚਾਹੀਦਾ ਵੇ। ਪੰਜਾਂ ਦੇ 5 ਮਾਰ ਦੇਣ ਤਾਂ ਠੀਕ ਹੈ, ਸਾਡੇ ਨਾਲ ਇਨਸਾਫ਼ ਤਾਂ ਫਿਰ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ। ਉਹ ਤਾਂ ਸਾਨੂੰ ਪੁਲਿਸ ਵਾਧੇ ਦੀਆਂ ਤੜੀਆਂ ਲਾਉਣ ਡੈਣ, ਲਾਗੇ ਲਾਗੇ ਸਾਡੇ ਫਿਰਨ ਡੈਣ, ਨਾ ਪੁਲਿਸ ਉਹਨਾਂ ਨੂੰ ਫੜਨ ਡਈ। ਉਹ ਤਾਂ ਜੀ ਪਾਊਡਰ ਵੇਚਦੇ ਹਾਂ, ਲੋਕਾਂ ਦੇ ਪਲਾਟ ਖੋਹਦੇ ਹਾਂ, ਹੀਰ ਬੰਨਾ ਵੇਚਦੇ ਹਾਂ, ਫੀਮ ਵੇਚਦੇ ਸਾਂ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਸੀ ਹੈਗਾ। ਕਬਜ਼ੇ ਕਰਦੇ ਹਾਂ, ਕਬਜ਼ਾ ਗਰੁੱਪ ਜਦੋਂ ਦੀਆਂ ਸਕੀਮਾਂ ਆਈਆਂ, ਕਿਸੇ ਤੋਂ ਪਲਾਟ ਖੋ, ਕਿਸੇ ਤੋਂ ਕੁਛ ਕਰ, ਕੰਮ ਤਾਂ ਉਹਨਾਂ ਦਾ ਹੈਗਾ ਹੀ ਕੋਈ।